हां जी फिर सी यू अगेन कियाल चलतड़ा ਤੇ ਦੁਸ਼ਾਰੇ ਦੇ ਪਾਰਟ 2 ਚ ਤੁਹਾਡਾ ਸਵਾਗਤ ਹੈ ਤੇ ਆਪਾਂ ਦੁਸ਼ਾਰੇ ਦੇਖਣ ਬੱਚਿਆਂ ਨਾਲ ਗਏ ਤੇ ਜਿੱਦਾਂ ਹੀ ਆਪਾਂ ਐਂਟਰੀ ਕੀਤੀ ਤੇ ਨਾਲ ਹੀ ਉਹਨਾਂ ਨੇ ਰਾਵਣ ਨੂੰ ਅੱਗ ਲਗਾਤੀ ਪੀ ਸੀ ਤੇ ਨਾਲ ਹੀ ਸਾਰੇ ਪਿੱਛੇ ਨੂੰ ਦੌੜਨ ਲੱਪੇ ਕਿਉਂਕਿ ਪਟਾਕੇ ਬੜੇ ਜਬਰਦਸਤ ਪਾਏ ਹੋਏ ਸੀ ਤੇ ਮੈਂ ਅੱਗੇ ਨੂੰ ਦੌੜਦਾ ਰਿਹਾ ਸੀ ਤੇ ਨਾਲ ਹੀ ਇੱਕ ਪਟਾਕਾ ਉੱਡ ਕੇ ਕਿਸੇ ਬੱਚੇ ਦੇ ਉੱਪਰ ਡੇਗਿਆ ਸੀਗਾ ਤੇ ਨਾਲ ਹੀ ਸਾਰੀ ਸਾਰੇ ਕਿਤੇ ਹੀ ਹਲਚਲ ਮਚ ਗਈ ਸਾਰੀ ਦੌੜ ਲੜਾਈ ਚੱਲ ਪਈ ਸੀ ਤੇ ਬੱਚੇ ਨੂੰ ਖਾਸ ਝੋਟ ਤੇ ਨਹੀਂ ਲੱਗੀ ਜ਼ਿਆਦਾ ਲੇਕਿਨ ਮਾਂ ਹੀ ਸਾਡੀ ਡਰ ਗਈ ਵੀ ਸੀ ਤੇ ਮਾਂ ਹੀ ਕੁਝ ਮੰਗ ਰਹੀ ਸੀ ਬੱਚੇ ਕਹਿੰਦੇ ਸ਼ੋਪਿੰਗ ਕਰਨੀ ਮੈਂ ਕਿਹਾ ਚਲੋ ਬੱਚਿਆਂ ਨੂੰ ਕੁਝ ਖੜਾਉਣੇ ਵਗੈਰਾ ਲੈ ਕੇ ਦਈਏ ਸਾਰੇ ਸੋਚ ਰਹੇ ਸੀ ਕੀ ਲੈਣਾ ਕੀ ਲੈਣਾ ਤੇ ਪਰਾਹੀ ਨੇ ਦੇਖਿਆ ਉੱਥੇ ਬਹੁਤ ਹੀ ਆਈਟਮਾਂ ਸੀਗੀਆਂ ਤੇ ਬੱਚਿਆਂ ਨੇ ਮੜ ਜਾ ਘੁੰਮਿਆ ਅੱਗੇ ਜਾ ਕੇ ਉਹਨਾਂ ਨੂੰ ਕੁਝ ਪਸੰਦ ਨਹੀਂ ਆ ਰਿਆ ਸੀ ਫਿਰ ਬੱਚਿਆਂ ਨੇ ਇੱਕ ਗਾਾਂ ਜਾ ਕੇ ਦੇਖਿਆ ਕਿ ਉੱਥੇ ਰਸ਼ ਬਹੁਤ ਸੀਗਾ ਤੇ ਉੱਥੇ ਵੀ ਨੂੰ ਕੁਝ ਪਸੰਦ ਆਇਆ ਤੇ ਮਾਹੀ ਨੂੰ ਇੱਕ ਚੀਜ਼ ਪਸੰਦ ਆਈ ਤੇ ਇਹਨਾਂ ਨੇ ਖਡੋਣੇ ਪਸੰਦ ਆਏ ਤੇ ਇਹਨਾਂ ਨੇ ਆਪਣੇ ਆਪਣੇ ਖਡੋਣੇ ਲੈ ਲਏ ਮੈਂ ਇਹਨਾਂ ਨੂੰ ਪੁੱਛਿਆ ਬੱਚਿਓ ਕੀ ਕੀ ਖਡੋਣੇ ਲੈ ਰਹੇ ਸੀ ਤੇ ਸਾਰਿਆਂ ਨੇ ਬਾਰੀ-ਬਾਰੀ ਖਡੋਣੇ ਲੈ ਲਏ ਤੇ ਆਪਣੇ ਆਪਣੇ ਖਡੋਣੇ ਦਿਖਾਏ ਸਾਰੇ ਹੀ ਬੜੇ ਖੁਸ਼ ਲੱਗ ਰਹੇ ਸੀਗੇ ਉਹ ਖੁਸ਼ ਜ਼ਿਆਦਾ ਤਾਂ ਹੁੰਦੇ ਕਿ ਮੈਂ ਉਹਨਾਂ ਨਾਲ ਹੁੰਦਾ ਵਾਂ ਤੇ ਉਹਨਾਂ ਨੇ ਆਪਣੇ ਆਪਣੇ ਖਡੋਣੇ ਦਿਖਾਏ ਮਾਹੀ ਵੀ ਦੇਖੋ ਕਿਤਨਾ ਉਤਸ਼ਾਹਿਤ ਹੋ ਰਹੀ ਹੈ ਉਹਨਾਂ ਨੇ ਡਾਇਨਾਸੌਰ ਲਿਆ ਤੇ ਸਾਰੇ ਹੀ ਖੁਸ਼-ਖੁਸ਼ ਖੋਸ਼ ਸੀਗੇ ਉਹ ਕਾਫੀ ਦਸ਼ਾਰੇ ਤੇ ਆਕੇ ਤੇ ਸਾਰਿਆਂ ਨੂੰ ਪੁੱਛਿਆ ਕਿ ਦੱਸੋ ਕੀ ਕੀ ਲਿਆ ਫਿਰ ਉਹਨਾਂ ਸਾਰਿਆਂ ਨੇ ਦਿਖਾਇਆ ਮਾਹੀ ਮੂਹ ਤੇ ਭੂਤ ਜਬ ਤੇ ਮੇਰਾ YouTube ਚੈਨਲ ਜਰੂਰ ਸਬਸਕ੍ਰਾਈਬ ਕਰੋ ਮੈਨੂੰ Facebook ਤੇ ਤੇ Instagram ਤੇ ਫੋਲੋ ਕਰੋ ਜਰੂਰ ਕਰੋ ਤੇ ਕਿਸ ਤਰ੍ਹਾਂ ਦਾ ਲੱਗਿਆ ਦਸ਼ਾਰੇ ਦਾ ਬਲੌਗ 2 ਪਾਰਟ 2 ਸੋਰੀ ਤੇ ਮੈਨੂੰ ਫੋਲੋ ਕਰੋ ਜਰੂਰ ਤੇ ਸਾਰੇ ਹੀ ਬੱਚੇ ਖੁਸ਼ੀ-ਖੁਸ਼ੀ ਕਰ ਆਗੇ ਤੇ ਪਰਾਹੀ ਮੂਹ ਤੇ ਭੂਤ ਲਾ ਕੇ ਵੀ ਦਿਖਾ ਰਹੀ ਸੀਗੀ ਤੇ ਸਾਰੇ ਬੱਚਾ ਬੱਚੇ ਆਪਣੇ ਆਪਣੇ ਖਿਡੌਣੇ ਦਿਖਾ ਰਹੇ ਸੀ see you next vlog okay bye